ਹੈਲੋ ਫਰੈਂਡਸ ਜੌਬ ਅਲਰਟ 바이 ਹਰਦੀਪ ਚੈਨਲ ਮੈਂ ਆਪ ਸਭ ਦਾ ਸਵਾਗਤ ਹੈ ਦੋਸਤੋ ਅੱਜ ਇੱਕ ਹੋਰ ਮਹੱਤਵਪੂਰਨ ਜਾਣਕਾਰੀ ਦੇ ਨਾਲ ਹਾਜ਼ਰ ਹੋ ਚੁੱਕਾ ਜੀ ਵੀਡੀਓ ਚੰਗਾ ਲੱਗਿਆ ਲਾਈਕ ਜ਼ਰੂਰ ਕਰਿਓ ਦੋਸਤੋ ਲਾਈਕ ਕਰ ਦਿਆ ਕਰੋ ਜੀ ਮੈਨੂੰ ਮੋਟੀਵੇਸ਼ਨ ਮਿਲਦਾ ਜੀ ਮੈਂ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗਾ ਜੇਕਰ ਦੋਸਤੋ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਸਰਕਾਰੀ ਨੌਕਰੀ ਜਾਣਕਾਰੀ ਜੋ ਪੰਜਾਬ ਸਟੇਟ ਵਿੱਚ ਆਉਣ ਵਾਲੀ ਹੈ ਸਭ ਤੋਂ ਪਹਿਲਾਂ ਪਾਉਣ ਲਈ ਚਲੋ ਦੋਸਤੋ ਅੱਜ ਦਾ ਵੀਡੀਓ ਸ਼ੁਰੂ ਕਰਦੇ ਹਾਂ ਬਜ਼ੀਆਰਥੀਆਂ ਦੇ ਲਈ ਖ ਦੋਸਤੋ CBSE ਤੁਹਾਡਾ ਸਿਲੇਬਸ ਘੱਟ ਕਰਨ ਦੀ ਤਿਆਰੀ ਵਿੱਚ ਲੱਗੀ ਹੋਈ ਹੈ ਜੀ ਜੇਕਰ ਦੋਸਤੋ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਲੁਧਿਆਣੇ ਤੋਂ ਵਿੱਕੀ ਦੀ ਰਿਪੋਰਟ ਕਰੋਨਾ ਵਾਇਰਸ ਦੇ ਕਾਰਨ ਪਿਛਲੇ 4 ਹਫ਼ਤਿਆਂ ਤੋਂ ਲਾਕਡਾਊਨ ਚੱਲ ਰਿਹਾ ਹੈ ਜੀ ਜਿਸ ਨਾਲ ਹਰੇਕ ਕਲਾਸ ਦੇ ਵਿਦਿਆਰਥੀ ਦੀ ਨਵੇਂ ਸਿੱਖਿਆਕ ਪੱਧਰ ਦੀ ਪੜ੍ਹਾਈ ਪ੍ਰਭਾਵਿਤ ਹੋਈ ਹੈ ਇਸੇ ਕਰਕੇ ਪ੍ਰੀ ਬੋਰਡ ਕਲਾਸਾਂ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਜ਼ਿਆਦਾ ਚਿੰਤਾ ਵਿੱਚ ਹਨ ਕਿਉਂਕਿ ਸਿਲੇਬਸ ਲੈਤੀ ਹੌਣ ਦੇ ਕਾਰਨ ਉਹਨਾਂ ਨੂੰ ਤਿਆਰੀ ਦੇ ਲਈ ਘੱਟ ਸਮਾਂ ਮਿਲੇਗਾ ਇਹਨਾਂ ਵਿਦਿਆਰਥੀਆਂ ਲਈ ਇੱਕ ਰਾਹਤ ਭਰੀ ਖਬਰ ਆਈ ਹੈ ਕਿ ਕਿ ਸੀਬੀਐਸਸੀ ਮੌਜੂਦਾ ਸੰਕਟ ਨੂੰ ਦੇਖਦੇ ਹੈ 9ਵੀਂ ਤੋਂ 12ਵੀਂ ਤੱਕ ਦੇ ਸਿਲੇਬਸ ਨੂੰ ਬਦਲਾਓ ਦੇ ਨਾਲ-ਨਾਲ ਘੱਟ ਕਰਨ ਦੀ ਤਿਆਰੀ ਕਰ ਰਿਹਾ ਹੈ ਭਾਵੇਂ ਕਿ ਹੁਣ ਤੱਕ ਸੀਬੀਐਸਸੀ ਨੇ ਉਪਰੋਕਤ ਬਾਰੇ ਕੋਈ ਫੈਸਲਾ ਤਾਂ ਨਹੀਂ ਕੀਤਾ ਪਰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ 9ਵੀਂ ਤੋਂ 12ਵੀਂ ਤੱਕ ਦੇ ਸਿਲੇਬਸ ਦੀ ਸਮੀਖਿਆ ਚੱਲ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ CBSE ਨੇ ਕਈ ਸੀਨੀਅਰ ਪ੍ਰਿੰਸੀਪਲਾਂ ਅਤੇ ਸੀਨੀਅਰ ਅਧਿਆਪਕਾਂ ਤੋਂ ਸੈਸ਼ਨ 2020 ਅਤੇ 21 ਦੇ ਸਿਲੇਬਸ ਨੂੰ ਕੱਟ ਕਰਨ ਲਈ ਮੰਗੇ ਹਨ ਬੋਰਡ ਦਾ ਉਪਰੋਕਤ ਫੈਸਲਾ ਲਾਗੂ ਹੋਇਆ ਤਾਂ ਨਿਸ਼ਚਿਤ ਹੀ ਵਿਦਿਆਰਥੀਆਂ ਨੂੰ ਰਾਹਤ ਮਿਲੇਗੀ ਭਾਵੇਂ ਦੇਸ਼ ਭਰ ਦੇ ਸਕੂਲਾਂ 'ਚ ਆਨਲਾਈਨ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਪਰ ਸੰਸਾਧਨਾ ਦੀ ਕਾਰਡ ਦੇ ਕਾਰਨ ਹਰ ਵਿਦਿਆਰਥੀ ਤੱਕ ਆਨਲਾਈਨ ਸਿੱਖਿਆ ਪੁੱਜ ਵੀ ਨਹੀਂ پا ਰਹੀ ਦੋਸਤੋ ਏਸੀ ਅੱਜ ਦੀ ਮੇਨ ਜਾਣਕਾਰੀ ਉਮੀਦ ਕਰਦਾ ਹਾਂ ਮੇਰੇ ਦਰਸ਼ਕਾਂ ਨੂੰ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ